ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ 10 ਨਿਊਜ਼ ਟੀਵੀ ਮੈਂ ਹਾਂ ਪ੍ਰਗਟ ਸਿੰਘ ਰਾਜਿਆਣਾ ਅੱਜ ਅਸੀਂ ਮੋਗਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਕੋਹਲਿਆ ਖੁਰਦ ਵਿਖੇ ਪਹੁੰਚੇ ਹਾਂ ਜਿੱਥੇ ਪੰਡਤ ਰਾਮਕੇਸ਼ਰੀ ਜੀ ਮਹਾਰਾਜੀ ਵੱਲੋਂ ਇੱਕ ਭੰਡਾਰਾ ਕਰਾਇਆ ਜਾ ਰਿਹਾ ਹੈ ਕੋਹਲਿਆ ਖੁਰਦ ਦੇ ਇਸ ਘਰ ਵਿੱਚ ਆਹ ਤਸਵੀਰਾਂ ਵਿੱਚ ਅਸੀਂ ਦਿਖਾ ਰਹੇ ਹਾਂ ਕਿ ਅੱਜ ਸਵੇਰ ਤੋਂ ਹੀ ਭੰਡਾਰਾ ਲੱਗਿਆ ਹੋਇਆ ਹੈ ਔਰ ਗੁਰੂ ਘਰ ਲੰਗਰ ਚੱਲ ਰਿਹਾ ਹੈ ਤੇ ਮਾਤਾ ਸਰਸਵਤੀ ਜੀ ਦੀ ਬਾਣੀ ਦਾ ਅਖੰਡ ਜਾਪ ਹੋਇਆ ਉਪਰੰਤ ਜਿਹੜਾ ਐ ਮੈਂ ਦਿਖਾ ਦਿਆਂ ਤਸਵੀਰਾਂ ਦੇ ਵਿੱਚ ਹਮਨਕੁੰਡਾ ਧੂਣਾ ਸਾਹਿਬ ਪ੍ਰਗਟ ਹੋਇਆ ਹਮਨ ਹੋਇਆ ਉਸ ਤੋਂ ਬਾਅਦ ਅਰਦਾਸਾਂ ਹੋਈਆਂ ਪੰਡਿਤ ਜੀ ਸਾਹ ਜਿਹੜੇ ਰਾਮਕੇਸ਼ਰੀ ਜੀ ਮਹਾਰਾਜ ਆ ਉਹਨਾਂ ਵੱਲੋਂ ਇੱਥੇ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਗਿਆ ਤੇ ਇਹ ਸਾਰਾ ਪ੍ਰੋਗਰਾਮ ਆ ਜਿਹੜਾ ਸੰਗਤਾਂ ਦੇ ਸਨਮੋਕ ਕੀਤਾ ਗਿਆ ਗੁਰੂ ਘਰ ਲੰਗਰ ਆ ਟੁੱਟ ਵਰਤਿਆ ਆਉ ਤੁਹਾਨੂੰ ਇੱਥੋਂ ਦੀ ਅੰਦਰ ਦੀਆਂ ਤਸਵੀਰਾਂ ਦਿਖਾਣੇ ਆ ਘੋਲੀਆ ਖੁਰਦ ਦੇ ਪੰਡਤ ਰਾਮਕੇਸ਼ਰੀ ਜੀ ਵੱਲੋਂ ਜੋ ਆਯੋਜਨ ਕੀਤਾ ਗਿਆ ਇਸ ਭੰਡਾਰੇ ਦਾ ਉਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ 10 ਨਿਊਜ਼ ਟੀਵੀ ਅੱਜ ਬਾਗਾ ਪ੍ਰਾਣਾ ਤੋਂ ਨੇੜਲੇ ਪਿੰਡ ਕੋਹਲਿਆ ਖੁਰਦ ਵਿਖੇ ਇਕਾਦਸੀ ਦੇ ਮੌਕੇ ਤੇ ਮਾਤਾ ਸਰਸਵਤੀ ਦਾ ਅਖੰਡ ਜਾਪ ਕਰਵਾਇਆ ਗਿਆ ਅਤੇ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੁਕੇ ਤੇ ਪੰਡਤ ਰਾਮਕੇਸ਼ਰੀ ਨੇ ਦੱਸਿਆ ਕਿ ਇਹ 171ਵਾਂ ਪੰਡਾਰਾ ਹੈ ਜਿਸ ਦਾ ਅੱਜ ਕੋਹਲਿਆ ਖੁਰਦ ਦੀ ਸੰਗਤ ਨੇ ਮਿਲ ਬੈਠ ਕੇ ਆਯੋਜਨ ਕੀਤਾ ਹੈ ਅਤੇ ਇਸ ਕੋਹਲਿਆ ਨਗਰ ਦੀ ਸੰਗਤ ਵੱਲੋਂ ਅੱਜ ਮਾਤਾ ਕਾਲੀ ਜੀ ਅਤੇ ਮਾਤਾ ਸਰਸਵਤੀ ਦਾ ਜਾਪ ਕਰਵਾ ਕੇ ਗੁਰੂ ਕਾ ਲੰਗਰ ਆਤੁੱਟ ਵਰਤਾਇਆ ਪੇਸ਼ ਹੈ ਪ੍ਰਗਟ ਸਿੰਘ ਰਾਜਿਆਣਾ ਦੀ ਇਹ ਰਿਪੋਰਟ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਅੱਜ ਕੋਹਲਿਆ ਖੁਰਦ ਪਿੰਡ ਵਿੱਚ ਪਹੁੰਚੇ ਆ ਜਿੱਥੇ ਪੰਡਿਤ ਰਾਮਕੇਸ਼ਰੀ ਜੀ ਵੱਲੋਂ ਹਮਨ ਯਾਗ ਕਰਵਾਇਆ ਗਿਆ ਸਰਸਵਤੀ ਮਾਤਾ ਜੀ ਦੇ ਅਖੰਡ ਜਾਪ ਕਰਵਾਏ ਗਏ ਉਪਰੰਤ ਗੁਰੂ ਘਰ ਲੰਗਰ ਚੱਲਿਆ ਤੇ ਹੁਣ ਅਸੀਂ ਪੰਡਿਤ ਰਾਮਕੇਸ਼ਰੀ ਜੀ ਨਾਲ ਤੁਹਾਡੀ ਗੱਲ ਕਰਵਾਣ ਲੱਗੇ ਆ ਪੰਡਿਤ ਰਾਮਕੇਸ਼ਰੀ ਜੀ ਸਵਾਗਤ ਕਰਦੇ ਆ ਪੰਜਾਬ ਟੈਨਨੀ ਟੀਵੀ ਜੈ ਮਾਤਾ ਦੀ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਕੀ ਪ੍ਰੋਗਰਾਮ ਸੀਗਾ ਔਰ ਕਿੱਦਾਂ ਸੀਗਾ ਕਦੋਂ ਤੁਸੀਂ ਇਹ ਜਿਹੜਾ ਜਾਪ ਸਾਭ ਕਰਵਾਏ ਆ ਜਦੋਂ ਕਦੋਂ ਤੁਸੀਂ ਹਮਨ ਕੀਤਾ ਇਹ ਮਾਮਾਈ ਮਾ ਕਲਕਾ ਦਾ ਅੱਜ ਮੇਲਾ ਹੈ ਜੋ ਸਾਰੇ ਥਾਂ ਹੀ ਮਨਾਇਆ ਜਾਂਦਾ ਤੇ ਅਸੀਂ ਮਾ ਕਲਕਾ ਦਾ ਦੁਰਗਾ ਸਭ ਸਤੀ ਦਾ ਅਖੰਡ ਪਾਠ ਕੀਤਾ ਅਖੰਡ ਪਾਠ ਤੋਂ ਬਾਅਦ ਅਸੀਂ ਹਵਨ ਯੱਗ ਮਹਾਮਾਈ ਦਾ ਜੋ ਯੱਗ ਹੈ ਉਹ ਚੇਤਨਿਆ ਕੀਤਾ ਉਸ ਤੋਂ ਬਾਅਦ ਮਹਾਮਾਈ ਦਾ ਪ੍ਰਸ਼ਾਦਾ ਭੋਗ ਲਾ ਕੇ ਤੇ ਸੰਗਤਾਂ ਨੂੰ ਭੋਗ ਅਰਪਣਾਇਕ ਕਰਾਇਆ ਤੇ ਆਪਾਂ ਇਹ ਯੱਗ ਮਹੀਨੇ ਦੋ ਮਹੀਨੇ ਮੇ ਮਾਮਾਈ ਦਾ ਕਰਨ ਦੇ ਰਹਿੰਦੇ ਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਮਾਤੇਸ਼ਵਰੀ ਵਾਹਿਗੁਰੂ ਦਾਤਾ ਦਾ ਜਗ੍ਯ ਕਰਾਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਮੇਰੀ ਵੱਲੋਂ ਜੈ ਮਾਤਾ ਦੀ ਜੈ ਮਾਤਾ ਦੀ ਸੋ ਇਹ ਸਨ ਪੰਡਿਤ ਰਾਮਕੇਸ਼ਰੀ ਜੀ ਜਿਨ੍ਹਾਂ ਨੇ ਦੱਸਿਆ ਕਿ ਇਹ ਸਾਰਾ ਪ੍ਰੋਗਰਾਮ ਜੋ ਸੀਗਾ ਹਮਨ ਕਰਵਾਇਆ ਸੀਗਾ ਅਖੰਡ ਜਾਪ ਕਰਵਾਏ ਸੀਗੇ ਤੇ ਗੁਰੂ ਘਰ ਲੰਗਰ ਵੀ ਚੱਲਿਆ ਸੀਗਾ ਸਮੁੱਚੀ ਕੋਲਿਆ ਖੁਰਦ ਪਿੰਡ ਦੀ ਸੰਗਤ ਵੀ ਨਾਲ ਆ ਇਸ ਵੇਲੇ ਪੂਰਾ ਸਹਿਯੋਗ ਹੈ ਕੋਲਿਆ ਖੁਰਦ ਪਿੰਡ ਦੀ ਸੰਗਤ ਦਾ ਵੀ ਪੰਡਤ RAM ਪੰਡਤ ਜੀ ਨੂੰ ਸੋ ਅਸੀਂ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਨੇ ਸਹਿਯੋਗੀ ਅਮਨ ਕੋਲਿਆ ਦੇ ਨਾਲ ਪ੍ਰਗਟ ਸਿੰਘ ਰਾਜਿਆਣਾ ਪੰਜਾਬ 100 TV ਕੋਲਿਆ ਖੁਰਦ ਮੋਗਾ